ਹਾਂਜੀ ਮਿੱਤਰੋ, ਨਵੀਂ ਵੀਡੀਓ 'ਚ ਤੁਹਾਡਾ ਸਵਾਗਤ ਹੈ। ਅੱਜ ਦੀ ਵੀਡੀਓ ਆਪਣੀ ਹੈਗੀ ਹੈ ਟਰੈਕਟਰ ਦੇ ਚੱਕੇ ਗਲੀਜ਼ ਕਰਨ ਦਾ ਸਹੀ ਤਰੀਕਾ। ਗਲੀਜ਼ ਤਾਂ ਸਾਰੇ ਹੀ ਕਰ ਲੈਂਦੇ ਆ, ਪਰ ਆਪਾਂ ਤੁਹਾਨੂੰ ਦੱਸਣਾ ਸਹੀ ਤਰੀਕਾ ਕਿਹੜਾ ਹੁੰਦਾ ਅਤੇ ਉਹ ਤੁਹਾਨੂੰ ਵੀਡੀਓ 'ਚ ਦੱਸਦੇ ਹਾਂ। ਬਾਈ ਨੂੰ ਪਹਿਲਾਂ ਆਪਾਂ ਚੱਕਾ ਖੋਲ੍ਹ ਲੈਣ ਦੀਏ। ਚੱਕਾ ਹੁਣ ਕਸਾਂ ਲੱਗ ਗਿਆ ਬਾਈ, ਖੋਲ੍ਹ ਖੋਲ੍ਹ ਕੇ ਅਤੇ ਕਸ ਲੈਣ ਦੀਏ ਬਾਈ ਨੂੰ ਚੱਕਾ। ਅਤੇ ਗਲੀਜ਼ ਆਪਾਂ ਭਰਤਾ ਸਵਿਫਟ ਵਾਲਾ ਜੈੱਲ ਵਾਲਾ ਗਲੀਜ਼, ਬੈਰਿੰਗ ਬੂਰਿੰਗ ਕਸੀ ਜਾਂਦਾ, ਸਾਰੇ ਬੈਰਿੰਗ ਧੋ ਕੇ ਪਾਓ। ਕਈ ਵੀ ਆ ਉਵੇਂ ਹੀ ਸਾਫ਼ ਕਰਕੇ ਪਾ ਦਿੰਦੇ ਹੈ, ਅਤੇ ਬੈਰਿੰਗ ਧੋ ਧੋ ਕੇ ਚੰਗੀ ਤਰ੍ਹਾਂ। ਸੀਲਾਂ ਨਵੀਆਂ ਹੀ ਪਾਉਣੀਆਂ ਚਾਹੀਦੀਆਂ, ਕਈ ਸੀਲਾਂ ਨਵੀਆਂ ਨਹੀਂ ਪਾਉਂਦੇ ਅਤੇ ਉਹ ਫਿਰ ਜਦੋਂ ਆਪਾਂ ਕੱਦੂ ਕੁੱਦੂ ਕਰਦੇ ਹਾਂ ਵਗੈਰਾ ਊਂ ਅਤੇ ਕਈ ਵਾਰ ਫਿਰ ਗਾਰਾ ਗੂੜਾ ਪਾ ਕੇ ਅਤੇ ਬੈਰਿੰਗ ਟੁੱਟ ਜਾਂਦਾ। ਚੈੱਕ ਕਰੋ ਬਾਈ ਕਸੀ ਜਾਂਦਾ ਹੁਣ। ਅਤੇ ਇੱਕ ਮੇਨ ਗੱਲ ਦੱਸਾਂਗੇ ਤੁਹਾਨੂੰ ਲਾਸਟ 'ਚ, ਜਦੋਂ ਆਪਾਂ ਚੱਕਾ ਘੁਮਾਉਂਦੇ ਹਾਂ ਚੱਕਾ ਬੈਕ ਨਹੀਂ ਜਾਣਾ ਚਾਹੀਦਾ। ਕਈ ਵੀਰ ਕਹਿੰਦੇ ਬੈਕ ਜਾਏ ਸਹੀ ਹੁੰਦਾ, ਨਹੀਂ ਸਹੀ। ਆ ਚੈੱਕ ਕਰੋ, ਚੱਕਾ ਉੱਥੇ ਹੀ ਰੁਕ ਜੂਗਾ। ਰੁਕ ਗਿਆ ਸੀ ਹੁਣ ਤਾਂ, ਕਸੀ ਜਾਂਦਾ। ਹੁਣ ਚੈੱਕ ਕਰਿਓ, ਚੱਕਾ ਰੁਕਣਾ ਚਾਹੀਦਾ ਹੁੰਦਾ ਆਪਣੇ ਆਪ। ਇਹ ਉਹ ਚੱਕ ਸੋ, ਮੈਂ ਲਾਸਟ 'ਤੇ ਟਰਾਇਲ ਦੱਸਾਂਗੇ ਫਿਰ। ਚੈੱਕ ਕਰੋ ਹੁਣ, ਸਹੀ ਤਰ੍ਹਾਂ ਘੁਮਾਇਆ ਬਾਈ ਨੇ, ਆ ਰੁਕ ਗਿਆ ਨਾ। ਬੈਕ ਨਹੀਂ ਜਾਣਾ ਚਾਹੀਦਾ ਹੁੰਦਾ ਅਤੇ ਸਹੀ ਹੁੰਦਾ ਜਮਾਂ ਚੱਕਾ। ਜੇ ਬੈਕ ਜਾ ਵੜਿਆ ਮੰਨ ਕੇ ਚੱਲੋ, ਫਿਰ ਥੋੜ੍ਹਾ ਸੈਟਿੰਗ ਨਹੀਂ ਬੈਰਿੰਗਾਂ ਦੀ, ਥੋੜ੍ਹੀ ਮੋਟੀ ਢਿੱਲੇ ਆ ਵਿੱਚੋਂ ਅਤੇ ਨਾੜ ਨੂੰ ਢਿੱਲਾ। ਚੈੱਕ ਕਰ ਸਕਦੇ ਹੋ ਹੁਣ ਆਪਾਂ ਕੱਸ ਕੇ ਫਾਈਨਲ ਕਰਦੇ ਹਾਂ ਲੋਕ ਟਰੈਕਟਰ ਦੀ ਚੱਕਾ ਚੁੱਕਾ। ਆ ਕਸਤਾ ਬਾਈ ਨੇ ਟੱਕਣਾ,